ਤੇ ਇੱਥੇ 4 ਕੁ ਵਜੇ ਇਹ ਘੁੰਮ ਰਹੇ ਸੀਗੇ, 2-3 ਜਣੇ, ਤੇ ਚਾਬੀਆਂ ਲਾ ਕੇ ਤਾਲੇ ਤੋੜ ਰਹੇ ਸੀਗੇ। ਇਹਨਾਂ ਦੀ ਜੇਬ 'ਚੋਂ 4 ਚਾਬੀਆਂ ਨਿਕਲੀਆਂ, ਟੀਕੇ ਨਿਕਲੇ ਨੇ, ਅਤੇ ਆਪਣਾ ਮੋਬਾਈਲ ਨਿਕਲਿਆ, ਹੋਰ ਇਹਨਾਂ ਕੋਲ ਪਤਾ ਨਹੀਂ ਕੋਈ ਨਸ਼ੇ ਨੁਸ਼ੇ ਦੀਆਂ ਕੁੜੀਆਂ ਸੀਗੀਆਂ, ਬਾਕੀ 2 ਇਹਦੇ ਨਾਲ ਦੇ ਭੱਜ ਚੁੱਕੇ ਹੋਏ ਸੀਗੇ। 15 ਦਿਨ ਪਹਿਲਾਂ ਵੀ 2 ਮੋਟਰਸਾਈਕਲ ਚੋਰੀ ਹੋਏ, ਇਹਨਾਂ ਦਾ ਵੀ ਚੋਰੀ ਹੋਇਆ ਸਾਹਮਣੇ ਫਰੈਂਡ ਏਜੰਸੀ ਦੇ ਬਾਹਰ, ਉਹਨਾਂ ਦਾ ਵੀ ਚੋਰੀ ਹੋਇਆ ਮੋਟਰਸਾਈਕਲ। ਹੁਣ ਇਹ ਦੱਸਣਗੇ ਜੀ ਕਿਹਨੇ ਕੀਤੇ, ਹੁਣ ਇਹ ਦੱਸਣਗੇ। ਇਹਦੇ ਸਾਥੀ 3 ਜਣੇ ਹੋਰ ਹੈ ਜੀ ਨਾਲ ਇਹਦੇ। ਆ ਗਿਆ ਜੀ ਮੁੰਡਾ। ਪੁਲਿਸ ਤਾਂ ਇਹੀ ਮੰਗ ਕਰਦੇ ਆ ਜੀ, ਸਾਡੇ ਆਹ ਬੰਦੇ ਆ ਜੀ, ਇਹਨਾਂ ਦੀ ਡਿਊਟੀ ਹੁੰਦੀ ਆ। ਇਹਨਾਂ ਨੇ 2-3 ਵਾਰੀ ਪੈਸੇ ਭਰ ਚੁੱਕੇ ਨੇ ਇੱਥੇ, 2-3 ਵਾਰੀ ਇਹ ਮੋਟਰਸਾਈਕਲ ਚੱਕ ਕੇ ਲੈ ਗਏ ਨੇ, ਤੇ 3 ਵਾਰੀ ਇਹਨਾਂ ਨੇ ਪੈਸੇ ਭਰੇ ਨੇ ਉਰੇ। ਸਿੰਘ ਆਪਾ ਜੀ, 22 ਤਰੀਕ ਨੂੰ 8:30 ਵਜੇ ਰਾਤ ਨੂੰ ਮੋਟਰਸਾਈਕਲ ਚੋਰੀ ਹੋਇਆ ਫਰੈਂਡ ਏਜੰਸੀ ਦੇ ਸਾਹਮਣੇ, ਠੀਕ ਹੈ ਜੀ। ਅਤੇ ਮੋਟਰਸਾਈਕਲ ਲੌਕ ਲਾ ਕੇ ਹਲੇ ਖੜਾਇਆ ਸੀਗਾ, ਸਿਰਫ 10 ਮਿੰਟਾਂ ਦੇ ਵਿੱਚ ਹੀ ਗੇਮ ਹੋ ਗਈ। ਹਾਂਜੀ, ਇਹਨਾਂ ਨੇ ਕੀਤਾ, ਠੀਕ ਹੈ ਜੀ। ਹਾਂਜੀ, ਆਹ ਪੁਲਿਸ ਰਿਪੋਰਟ ਸਾਰਾ ਕੁਛ ਕੀਤਾ ਹੋਇਆ ਭਾਅ ਜੀ, ਆਹ ਦੇਖ ਲਓ ਭਾਅ ਜੀ, ਠੀਕ ਹੈ ਜੀ। ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਇਹ ਵਧੀ ਜਾਂਦੀਆਂ ਚੋਰੀਆਂ। ਇਹ ਘੱਟੋ ਘੱਟ ਹੁਣ ਇਹਨਾਂ ਦੀ ਪੂਰੀ ਗੈਂਗ ਆ ਭਾਅ ਜੀ, ਜਿੰਨਾ ਗਰੀਬ ਬੰਦਾ ਕੰਮ ਕਰਨ ਲਈ ਆਉਂਦਾ ਮੋਟਰਸਾਈਕਲ ਲੈ ਕੇ, ਉਹ ਗਰੀਬ ਦੇ ਮੂੰਹ 'ਚ ਰੋਟੀ ਖੋਣ ਵਾਲੀ ਇਹ ਗੱਲ ਕਰਦੇ ਆ ਭਾਅ ਜੀ। ਲੋਕਾਂ 3-3, 4-4 ਸੌ ਰੁਪਈਆ ਦਿਹਾੜੀ ਆ, 1 ਲੱਖ ਰੁਪਈਆ ਮੋਟਰਸਾਈਕਲ ਕਰਜ਼ਾਈ ਲੈ ਕੇ, ਨਸ਼ਾ ਕਰਕੇ ਹੀ ਆ ਭਾਅ ਜੀ, ਸਰਿੰਜਾਂ ਨਿਕਲੀਆਂ ਭਾਅ ਜੀ, ਨਸ਼ੇ ਕਰਕੇ ਹੀ ਆ ਇਹ ਚੀਜ਼। ਹਸਪਤਾਲ ਦੇ ਕੋਲ ਆਏ ਸੀਗੇ, ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਕਿ ਮੋਟਰਸਾਈਕਲ ਚੋਰੀ ਕਰਨ ਲੱਗਾ ਸੀ, ਉਹ ਫੜਿਆ ਹੋਇਆ ਉਹਦੇ ਕੋਲੋਂ। ਇਹਨਾਂ ਨੇ ਦੇਖਿਆ ਸਾਰਾ ਕੁਛ, ਮੈਂ ਤਾਂ ਆਇਆ ਹੀ ਅੱਜ ਤੱਕ, ਅਤੇ ਜੋ ਜੋ ਇਹਨੇ ਸਮਾਨ ਇਹਨੀ ਫੋਨ ਕੰਪਲੇਂਟੈਂਟ ਨੇ ਕੀਤਾ, ਇਹਨਾਂ ਦਾ ਕੋਈ ਪਤਾ ਕੀ ਆ। ਇਹ ਫਿਰ ਚੌਂਕੀ ਲੈ ਕੇ ਚੱਲੇ ਆਪਾਂ, ਚੌਂਕੀ ਕੋਚਰ ਮਾਰਕੀਟ ਚੌਂਕੀ।